ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਦਾ ਕਲਿੰਗ ਸਟੇਡੀਅਮ। ਓਡੀਸ਼ਾ ਸਰਕਾਰ ਨੇ ਇੱਥੇ ਹਾਕੀ ਅਤੇ ਦੂਜੀਆਂ ਖੇਡਾਂ ਦੇ ਲਈ ਵਿਸ਼ਵ ਪੱਧਰੀ ਇਨਫਰਾਸਟ੍ਰਕਚਰ ਤਿਆਰ ਕੀਤਾ ਹੈ। ਹਾਕੀ ਵਿੱਚ ਦੇਸ਼ ਦੇ ਨੌਜਵਾਨਾਂ ਦਾ ਟੈਲੈਂਟ ਇੱਥੇ ਨਿਖਾਰਿਆ ਜਾਂਦਾ ਹੈ। ਬੋਡੀ ਸਿੱਧਾ ਮੈਂ ਰੱਖੋ ਔਰ ਇਹ ਦੇਖਣਾ ਪਰ ਆਏਗਾ ਤਬ ਕ੍ਰੋਸ ਮੇ ਆਏਗਾ। ਮੁਨਮੁਨੀ ਦਾਸ ਉਹਨਾਂ ਵਿੱਚੋਂ ਇੱਕ ਨੇ। ਸਰ ਮੇਰਾ ਸੁਪਨਾ ਤਾਂ ਓਲੰਪੀਅਨ ਬਣਨਾ ਹੀ ਹੈ, ਪਹਿਲੇ ਆਪਣਾ ਇੰਡੀਅਨ ਟੀਮ ਮੇ ਜਾਣਾ ਹੈ, ਹਮ ਵੀ ਓਲੰਪਿਕ ਕੁਆਲੀਫਾਈ ਹੋਏ। ਮੇਰੇ ਪਾਸ ਇਤਨਾ ਉਹ ਨਹੀਂ ਥਾ ਕਿ ਮੈਂ ਹਾਕੀ ਖਰੀਦ ਲੂੰ ਇਤਨਾ ਜਲਦੀ, ਕਿਉਂਕਿ ਉਸ ਟਾਈਮ ਜੋ ਲੱਕੜੀ ਕਾ ਵੁੱਡ ਕਾ ਬਣਤਾ ਥਾ ਵੋ ਵੀ 700-800 ਆਸ ਪਾਸ ਆਤਾ ਥਾ, ਤੋ ਮੇਰੇ ਪਾਪਾ ਤੋਂ ਇਤਨਾ ਨਹੀਂ ਕਮਾਈ ਹੋਤਾ ਥਾ ਕਿ ਕਬ ਸੇ ਖਰੀਦ ਦੇ। ਅਸਮ ਵਿੱਚ ਆਪਣੇ ਪਿੰਡ ਦੀ ਧੂੜ ਭਰੀਆਂ ਸੜਕਾਂ 'ਤੇ ਐਵੇਂ ਸ਼ੌਕੀਆ ਖੇਡਦੇ ਹੋਏ ਮੁਨਮੁਨੀ ਅੱਜ ਓਡੀਸ਼ਾ ਦੇ ਆਧੁਨਿਕ ਹਾਕੀ ਸਟੇਡੀਅਮ ਤੱਕ ਪਹੁੰਚ ਗਈ ਹੈ। ਮੁਨਮੁਨੀ ਦਾ ਇਹ ਸਫ਼ਰ ਗਰੀਬੀ ਤੋਂ ਮੁਕਤੀ ਦੀ ਵੀ ਯਾਤਰਾ ਹੈ ਅਤੇ ਹਾਕੀ ਵਿੱਚ ਓਡੀਸ਼ਾ ਦੀ ਭੂਮਿਕਾ ਦੀ ਵੀ। ਮੁਨਮੁਨੀ ਦੇ ਕੋਚ ਦਾ ਕਹਿਣਾ ਹੈ ਕਿ ਓਡੀਸ਼ਾ ਵਿੱਚ ਕੌਮਾਂਤਰੀ ਪੱਧਰ ਦੀ ਇੱਕ ਖਿਡਾਰਨ ਤਿਆਰ ਹੋ ਰਹੀ ਹੈ। ਉਹ ਰੀੜ ਕੀ ਹੱਡੀ ਹੈ ਟੀਮ ਕੀ, ਉਨਕੇ ਬਿਨਾਂ ਟੀਮ ਨਹੀਂ ਚੱਲ ਸਕਦੀ। ਉਨਕੇ ਸਕਿੱਲਸ ਵੀ ਅੱਛੇ ਹੈ, ਬੋਆਇਜ਼ ਵਾਲਾ ਸਭੀ ਸਟਾਈਲ ਹੈ, ਬੋਆਇਜ਼ ਸਟਾਈਲ ਹੈ ਉਨਕਾ, ਤੋ ਇਸ ਲਈ ਉਨਕੀ ਜ਼ਿਆਦਾ ਹਮ ਅਪੇਕਸ਼ਾ ਕਰਤੇ ਹੈ ਕਿ ਉਹ ਆਗੇ ਖੇਲੇਂਗੇ, ਆਨੇ ਵਾਲੇ ਟਾਈਮ ਮੇਂ ਇੰਟਰਨੈਸ਼ਨਲ ਲੈਵਲ ਪੇ ਰਿਪ੍ਰਜੈਂਟ ਕਰੇਂਗੇ ਇੰਡੀਆ ਟੀਮ ਕੋ। ਪਿਛਲੇ ਹਫ਼ਤੇ ਹੋਏ ਓਲੰਪਿਕ ਖੇਡਾਂ ਦੀ ਗੱਲ ਕਰੀਏ ਤਾਂ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਦਾ ਚੰਗਾ ਪ੍ਰਦਰਸ਼ਨ ਖਿਡਾਰੀਆਂ ਅਤੇ ਕੋਚ ਦੀ ਮਿਹਨਤ ਦੇ ਨਾਲ ਨਾਲ ਹਾਕੀ ਦੇ ਪੱਧਰ ਨੂੰ ਉੱਚਾ ਚੱਕਣ ਦੇ ਲਈ ਓਡੀਸ਼ਾ ਸਰਕਾਰ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਨੇ। ਮਸਲਨ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਸੂਬਾ ਸਰਕਾਰ 2018 ਵਿੱਚ ਪੁਰਸ਼ਾਂ ਦੇ ਨਾਲ ਨਾਲ ਮਹਿਲਾ ਰਾਸ਼ਟਰੀ ਹਾਕੀ ਟੀਮਾਂ ਦੀ ਅਧਿਕਾਰਕ ਸਪੌਂਸਰ ਬਣੀ। ਓਡੀਸ਼ਾ ਮੇਂ ਹਾਕੀ ਕਾ ਇੱਕ ਸਪੈਸ਼ਲ ਪਲੇਸ ਹੈ, ਬਹੁਤ ਲੋਕ ਹਾਕੀ ਖੇਲਦੇ ਹੈ। ਹਾਕੀ ਜੈਸੇ ਸਭ ਬਿਲੀਵ ਕਰਤੇ ਕਿ ਇੱਕ ਨੈਸ਼ਨਲ ਗੇਮ ਹੈ, ਤੋ ਉਸ ਟਾਈਪ ਕਾ ਇਮੋਸ਼ਨਲ ਕਨੈਕਟ ਓਡੀਸ਼ਾ ਮੇਂ ਬਹੁਤ ਜ਼ਿਆਦਾ ਹੈ। ਤੋ ਇਸਕੋ ਸਪੋਰਟ ਕਰਨੇ ਕੇ ਲੀਏ ਮੁੱਖ ਮੰਤਰੀ ਕਾ ਵਿਜ਼ਨ ਰਹਾ ਥਾ ਕਿ ਹਾਕੀ ਕੋ ਹਮ ਸਪੋਰਟ ਦੇਂਗੇ, ਔਰ ਹਾਕੀ ਇੰਡੀਆ ਕੀ ਤਰਫ ਸੇ ਵੀ ਹਮਾਰਾ ਬਹੁਤ ਰਿਲੇਸ਼ਨ ਥਾ। ਉਹ ਚੈਂਪੀਅਨਸ਼ਿਪ ਔਰਗਨਾਈਜ਼ ਕਰਨਾ ਸ਼ੁਰੂ ਕੀਏ ਥੇ, ਉਹ ਰਿਲੇਸ਼ਨ ਕੀ ਦੌਰਾਨ ਹੀ ਉਨਕੋ ਜੋ ਵੀ ਸਪੋਰਟ ਚਾਹੀਏ ਥਾ, ਚੀਫ ਮਿਨਿਸਟਰ ਸਾਹਿਬ ਨੇ ਬੋਲੇ ਕਿ ਹਾਕੀ ਕੇ ਲਈ ਕੁਛ ਵੀ ਕਰਨਾ ਹੈ ਤੋ ਹਮਕੋ ਹਮ ਪੂਰਾ ਪੂਰਾ ਸਹਿਯੋਗ ਦੇਂਗੇ, ਤੋ ਉਸ ਵੈਸੇ ਹੀ ਇਹ ਪੂਰਾ ਜਰਨੀ ਆਰੰਭ ਹੋਇਆ ਥਾ। ਬੜੇ ਬੜੇ ਸਟੇਡੀਅਮ ਬਣਾਉਣਾ ਜਾਂ ਸਪੋਰਟਸ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਇਹ ਸਰਾਹਨੀਏ ਬਾਤ ਹੈ, ਇਸਕੀ ਸਭੀ ਪ੍ਰਸ਼ੰਸਾ ਕਰਤੇ ਹੈ, ਲੇਕਿਨ ਲੋਕਾਂ ਕਾ ਕਹਿਣਾ ਹੈ ਕਿ ਸਮੁਦਾਇਓ ਮੇਂ ਔਰ ਮੁਹੱਲੋਂ ਮੇਂ ਜੋ ਪਹਿਲੇ ਪਲੇ ਗਰਾਊਂਡ ਹੁਆ ਕਰਤੇ ਥੇ ਵੋ ਅਬ ਗਾਇਬ ਹੋਤੇ ਜਾ ਰਹੇ ਹੈਂ। ਜੈਸੇ ਯੇ ਬੱਚੇ ਅਬ ਯੇ ਸੜਕੋਂ ਪੇ ਇਨਕੋ ਖੇਲਨਾ ਪੜ ਰਹਾ ਹੈ, ਅਗਰ ਇਨਕੇ ਲੀਏ ਵੀ ਕੁਛ ਇਨਫਰਾਸਟ੍ਰਕਚਰ ਬਣਾਇਆ ਜਾਏ ਤੋ ਸ਼ਾਇਦ ਇਨਮੇਂ ਸੇ ਜੋ ਹਿਡਨ ਟੈਲੈਂਟ ਹੋ ਵੋ ਸਾਹਮਣੇ ਆ ਜਾਏ। ਬੈਟ ਬਾਲ ਈਜ਼ੀਲੀ ਮਿਲਤਾ ਜਹਾਂ ਵੀ ਜਾਈਏ, ਸਟੋਰ ਮੇਂ ਬੈਟ ਬਾਲ ਹੀ ਮਿਲ ਜਾਤਾ ਹੈ। ਹਾਕੀ ਕਾ ਸਟਿਕ ਪੁੱਛੇ ਤੋ ਬੋਲਤੇ ਵਹਾਂ ਜਾਓ ਯਹਾਂ ਜਾਓ, ਬੱਚੇ ਤੋ ਘੁੰਮ ਨਹੀਂ ਸਕਤੇ ਇਸ ਲਈ ਮਿਲਤਾ ਨਹੀਂ ਹੈ। ਹਮਾਰਾ ਤੋ ਫੀਲਡ ਨਹੀਂ ਹੈ, ਉਸ ਲਈ ਸੜਕੋਂ ਮੇਂ ਖੇਲਤੇ ਹੈ। ਹਮਾਰਾ ਦੂਰ ਫੀਲਡ ਹੈ, ਵੋ ਵੀ ਜਾਣਾ ਨਹੀਂ ਪੜਤਾ ਹੈ, ਛੋਟੇ ਬੱਚੇ ਸਭ ਹੈ, ਜਾਣਾ ਨਹੀਂ ਪੜਤਾ, ਉਸ ਲਈ ਰੋਡ ਪੇ ਖੇਲਤੇ ਹੈ। ਉਂਝ ਤਾਂ ਹਾਕੀ ਨੂੰ ਵਧਾਵਾ ਦੇਣ ਦੇ ਲਈ ਓਡੀਸ਼ਾ ਸਰਕਾਰ ਦੇ ਕੋਲ ਹਮੇਸ਼ਾ ਤੋਂ ਹੀ ਯੋਜਨਾ ਅਤੇ ਪ੍ਰਣਾਲੀ ਰਹੀ ਹੈ। ਮਿਸਾਲ ਦੇ ਤੌਰ 'ਤੇ ਦਿਲੀਪ ਟਿਰਕੀ ਇਹਨਾਂ ਕੋਸ਼ਿਸ਼ਾਂ ਦਾ ਹੀ ਨਤੀਜਾ ਸਨ। ਹੁਣ ਮੌਜੂਦਾ ਸਰਕਾਰ ਨੇ ਇੱਕ ਸਪੋਰਟਸ ਈਕੋਸਿਸਟਮ ਤਿਆਰ ਕੀਤਾ ਹੈ, ਜਿਸ ਦੇ ਤਹਿਤ ਇਸ ਨੇ ਬੁਨਿਆਦੀ ਢਾਂਚੇ ਦੇ ਨਿਰਮਾਣ ਦੀ ਜ਼ਿੰਮੇਵਾਰੀ ਲਈ ਹੈ ਅਤੇ ਟੈਲੈਂਟ ਲੱਭਣ, ਕੋਚਾਂ ਦੀ ਨਿਯੁਕਤੀ ਅਤੇ ਟ੍ਰੇਨਿੰਗ ਦੇ ਲਈ ਨਿੱਜੀ ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਪ੍ਰਣਾਲੀ 9 ਖੇਡਾਂ ਵਿੱਚ ਲਾਗੂ ਹੈ। ਹਾਲਾਂਕਿ ਫੋਕਸ ਹਾਕੀ 'ਤੇ ਹੈ, ਪਰ ਕੀ ਇਹ ਕਾਫੀ ਹੈ? ਕਹਿੰਦੇ ਜੋ ਵੀ ਇਨਫਰਾਸਟ੍ਰਕਚਰ ਡਿਵੈਲਪ ਹੋ ਰਿਹਾ ਹੈ ਉਹ ਸਭ ਰਿਜ਼ਰਵ ਹੋ ਰਿਹਾ, ਐਕਸਕਲੂਸਿਵ ਹੋ ਰਹੇ ਹੈ ਟੂਰਨਾਮੈਂਟ ਕੇ ਲਈ, ਸਿਲੈਕਟਡ ਬੱਚੋਂ ਕੇ ਲਈ। ਲੇਕਿਨ ਜੋ ਮਾਸ ਗੇਮ ਹੈ, ਜਹਾਂ 100 ਸੇ ਹਜ਼ਾਰੋਂ ਸੇ ਬੱਚੇ ਜੋ ਖੇਲਤੇ ਹੈ, ਜੋ ਖੁੱਲ੍ਹ ਕੇ ਖੇਲਤੇ ਹੈ, ਇਸੇ ਮਾਹੌਲ ਅਭੀ ਤੱਕ ਹਮ ਤਿਆਰ ਨਹੀਂ ਹੈ, ਸਰਕਾਰ ਇਸਮੇ ਧਿਆਨ ਦੇਣਾ ਚਾਹੀਏ। ਹਾਕੀ ਦੀ ਗੱਲ ਕਰੀਏ ਤਾਂ ਇਸ ਵਾਰ ਮਹਿਲਾ ਹਾਕੀ ਟੀਮ ਭਾਵੇਂ ਹੀ ਟੋਕੀਓ ਓਲੰਪਿਕਸ ਵਿੱਚ ਕਾਂਸੀ ਦੇ ਤਮਗੇ ਤੋਂ ਖੁੰਝ ਗਈ ਹੋਵੇ, ਫਿਰ ਵੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਨਾਲ ਭਾਰਤ ਦੇ ਲੋਕਾਂ ਦਾ ਦਿਲ ਜਿੱਤ ਲਿਆ। ਅੱਜ ਜੋ ਸਕਸੈਸ ਮਿਲਾ ਹੈ ਟੋਕੀਓ ਮੇ, ਜਿਸ ਤਰੀਕੇ ਸੇ ਹਮਾਰੇ ਮੁੱਖ ਮੰਤਰੀ ਕਾ ਉਨਕਾ ਖੁਦ ਕਾ ਵਿਜ਼ਨ ਹੈ ਕਿ ਹਮਾਰੇ ਜਿਤਨੇ ਵੀ ਯੂਥ ਹੈ ਜੋ ਸਪੋਰਟਸ ਕੇ ਜ਼ਰੀਏ ਆਗੇ ਬੜਨਾ ਚਾਹ ਰਹੇ ਹੈ, ਹਾਕੀ ਕੇ ਜੋ ਦੇਸ਼ ਕੇ ਲਈ ਖੇਲਣਾ ਚਾਹ ਰਹੇ, ਕਿਸ ਤਰੀਕੇ ਸੇ ਨੈਸ਼ਨਲ ਇੰਟਰਨੈਸ਼ਨਲ ਬੈਟਰ ਕਰ ਪਾਏਗੇ, ਉਸਕੇ ਬਾਰੇ ਮੇਂ ਹਮੇਸ਼ਾ ਸੋਚ ਰਹੇ ਹੈ। ਹਾਕੀ ਦੀ ਹੀ ਗੱਲ ਕਰੀਏ ਤਾਂ ਓਡੀਸ਼ਾ ਵਿੱਚ ਟ੍ਰੇਨਿੰਗ ਕਰ ਰਹੀ ਮੁਨਮੁਨੀ ਵੀ ਔਰਤਾਂ ਦੀ ਨੈਸ਼ਨਲ ਟੀਮ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ। ਲਗਭਗ 1 ਸਾਲ ਪਹਿਲਾਂ ਆਪਣੇ ਪਿਤਾ ਨੂੰ ਬਿਮਾਰੀ ਦੇ ਕਾਰਨ ਗੁਆਉਣ ਤੋਂ ਬਾਅਦ ਉਹ ਉਹਨਾਂ ਦੇ ਲਈ ਕੌਮਾਂਤਰੀ ਮੁਕਾਬਲਿਆਂ ਵਿੱਚ ਨਾਮਣਾ ਖੱਟਣਾ ਚਾਹੁੰਦੀ ਹੈ। ਸਪਨੇ ਪਹਿਲਾਂ ਪੂਰਾ ਕਰਨਾ ਹੈ, ਪੈਸਾ ਤਾਂ ਮਿਲਦਾ ਰਹੇਗਾ ਬਾਅਦ ਮੇਂ ਵੀ। ਜੋ ਪਾਪਾ ਨੇ ਵੀ ਬੋਲਿਆ ਸੀ ਕਿ ਹਾਂ ਪਹਿਲੇ ਖੇਲ ਲਓ, ਨਾ ਪਤਾ ਨਹੀਂ ਤਾਂ ਉਹ ਵੀ ਅਨਐਜੂਕੇਟਡ ਹੈ ਤਾਂ ਇਤਨਾ ਜ਼ਿਆਦਾ ਮੇਰੇ ਕੋ ਪਤਾ ਨਹੀਂ, ਲੇਕਿਨ ਫਿਰ ਵੀ ਅਨਐਜੂਕੇਟਡ ਹੋ ਕੇ ਵੀ ਇਤਨਾ ਮੇਰੇ ਕੋ ਸਪੋਰਟ ਕਿਆ ਤਾਂ ਮੈਨੂੰ ਪ੍ਰਾਊਡ ਫੀਲ ਹੋਤਾ ਹੈ। ਗਰੀਬੀ ਮੁਨਮੁਨੀ ਦੇ ਲਈ ਰੋਕ ਦੀ ਤਰ੍ਹਾਂ ਸੀ, ਇਹ ਗਰੀਬੀ ਮੁਨਮੁਨੀ ਦੇ ਲਈ ਹਾਕੀ ਵਿੱਚ ਨਾਮ ਕਮਾਉਣ ਦੇ ਲਈ ਇੱਕ ਪ੍ਰੇਰਣਾ ਸਰੋਤ ਵੀ ਹੈ, ਜਿਵੇਂ ਕਿ ਭਾਰਤ ਦੀ ਹਾਕੀ ਟੀਮ ਦੇ ਕਈ ਖਿਡਾਰੀਆਂ ਦੇ ਨਾਲ ਹੋਇਆ। ਜੇਕਰ ਮੁਨਮੁਨੀ ਨੂੰ ਕਾਮਯਾਬੀ ਮਿਲਦੀ ਹੈ ਤਾਂ ਉਸਦਾ ਪਰਿਵਾਰ ਗਰੀਬੀ ਤੋਂ ਬਾਹਰ ਨਿਕਲ ਸਕਦਾ ਹੈ, ਦੇਸ਼ ਨੂੰ ਇੱਕ ਹਾਕੀ ਖਿਡਾਰਨ ਮਿਲੇਗੀ ਅਤੇ ਓਡੀਸ਼ਾ ਦੀ ਝੋਲੀ ਵਿੱਚ ਇੱਕ ਹੋਰ ਕਾਮਯਾਬੀ। ਜ਼ੁਬੈਰ ਅਹਿਮਦ, BBC, ਭੁਵਨੇਸ਼ਵਰ।